ਅੱਜ ਕੋਈ ਤੁਹਾਨੂੰ ਚੈੱਕ ਕਰਨ ਵਾਸਤੇ ਸਟਾਫ ਆਇਆ ਇੱਕੋ ਇਸੇ ਸਟਾਫ ਨਰਸ ਹੈ ਹੋਰ ਤੁਹਾਨੂੰ ਕੋਈ ਬਸ ਉਹੀ ਮੂਮੈਂਟ ਇੱਥੋਂ ਤੱਕ ਕਿ ਸਵੇਰ ਦੀ ਪੇਨ ਹੋ ਰਹੀ ਹੈ ਹੈਟ੍ਰਿਕ 'ਚ 9 ਵਜੇ ਦੀ ਗੱਲ ਕੀਤੀ ਹੋਈ ਹੈ ਮੇਰਾ ਖਿਆਲ ਹੈ 1 ਵਜ ਗਿਆ ਹੋਣਾ ਸ਼ਾਇਦ ਇਸ ਵਕਤ ਅਤੇ ਹਜੇ ਤੱਕ ਉਹਦੀ ਕੋਈ ਮੈਡੀਸਨ ਦਿੱਤੀ ਨਹੀਂ ਗਈ ਉਹ ਸਿਰ ਫਟਦਾ ਫਟਦਾ ਭਾਵੇਂ ਆਪਣੇ ਆਪ ਠੀਕ ਹੋ ਜੇ ਪਰ ਇਹਨਾਂ ਨੂੰ ਕੋਈ ਦਿੱਤੀ ਨਹੀਂ ਗਈ ਇਲਾਜ ਨਹੀਂ ਪੂਰਾ ਬਾਕੀ ਆਪ ਜਾਣਾ ਪੈਂਦਾ ਕਹਿਣ ਦਾ ਡਾਕਟਰ ਨੇ ਕਿ ਡ੍ਰਿਪ ਲਗਾ ਦਿਓ ਜਾਂ ਤਾਰ ਦਿਓ ਜਿਹਨੂੰ ਆਪ ਅਸੀਂ ਦੇਖਿਆ ਕੀ ਕੰਡੀਸ਼ਨ ਹੈ ਮੰਡੀ 'ਚ ਕੰਡੀਸ਼ਨ ਜਾਂਦੀ ਥੱਲੇ ਨਾ ਆਵੇ ਅਸੀਂ ਕਿਸ ਤਰ੍ਹਾਂ ਲੈ ਕੇ ਜਾਈਏ ਕੱਲ੍ਹ ਇੰਨੀ ਦਰਦ ਨਾਲ ਤੜਫਦੇ ਫਿਰ ਕੋਈ ਮੈਡੀਸਨ ਦੇ ਦਿੰਦੇ ਕਹਿੰਦੇ ਲਓ ਜੀ ਇਹ ਲਓ ਜੀ ਬਸ ਹੋਰ ਨਹੀਂ ਡਾਕਟਰ ਉੱਪਰ ਨਹੀਂ ਚੈੱਕ ਕਰਨ ਆਉਂਦੇ ਇੱਕ ਪਾਸੇ ਕੋਵਿਡ-19 ਦੇ ਕੇਸ ਘਟਣੇ ਸ਼ੁਰੂ ਹੋਏ ਨੇ ਪਰ ਦੂਜੇ ਪਾਸੇ ਡੇਂਗੂ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਜਿੱਥੋਂ ਤੱਕ ਗੱਲ ਜ਼ਿਲ੍ਹਾ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਅੱਜ ਤੱਕ 543 ਡੇਂਗੂ ਦੇ ਕੇਸ ਜਿਹੜੇ ਨੇ ਉਹ ਰਿਪੋਰਟ ਹੋ ਚੁੱਕੇ ਨੇ ਔਰ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗਾ ਸਿਵਲ ਹਸਪੀਟਲ ਅੰਮ੍ਰਿਤਸਰ ਦੀਆਂ ਨੇ ਜਿੱਥੇ ਕਿ ਡੇਂਗੂ ਮਰੀਜ਼ਾਂ ਵਾਸਤੇ ਵਾਰਡ ਬਣਿਆ ਹੋਇਆ ਜਿੱਥੇ ਕਿ ਇਹਨਾਂ ਦਾ ਇਲਾਜ ਚੱਲ ਰਿਹਾ ਔਰ 30 ਦੇ ਕਰੀਬ ਪੇਸ਼ੈਂਟ ਜਿਹੜੇ ਨੇ ਉਹ ਇੱਥੇ ਸਿਵਲ ਹਸਪੀਟਲ ਵਿੱਚ ਐਡਮਿਟ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਔਰ ਬਾਕੀ ਜਿਹੜੇ ਪ੍ਰਾਈਵੇਟ ਹਸਪੀਟਲ ਵਿੱਚ ਇਲਾਜ ਕਰਵਾ ਰਹੇ ਨੇ ਤਾਂ ਦੱਸੀਏ ਲਗਾਤਾਰ ਡੇਂਗੂ ਆਪਣੇ ਪੈਰ ਪਸਾਰਦਾ ਜਾ ਰਿਹਾ ਵਿਭਾਗ ਵੱਲੋਂ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਵੀ ਜਿਹੜਾ ਇਹ ਡੇਂਗੂ ਹੈ ਇਹਦਾ ਲਾਰਵਾ ਸਾਫ਼ ਪਾਣੀ ਵਿੱਚ ਖੜ੍ਹੇ ਪਾਣੀ ਵਿੱਚ ਪਣਪਦਾ ਹੈ ਇਸ ਕਰਕੇ ਜਿੱਥੇ ਵੀ ਕੋਈ ਖੜ੍ਹਾ ਪਾਣੀ ਵਿਖਾਈ ਦਿੰਦਾ ਹੈ ਉਸ ਨੂੰ ਡਿਸਟਰੋਏ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਸਦਾ ਲਾਰਵਾ ਜਿਹੜਾ ਉਹ ਨਾ ਫੈਲ ਸਕੇ ਔਰ ਲਗਾਤਾਰ ਵਿਭਾਗ ਵੱਲੋਂ ਇਸ ਸੰਬੰਧ ਵਿੱਚ ਜਿੱਥੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਉੱਥੇ ਜਿਹੜੇ ਲਾਪਰਵਾਹ ਲੋਕ ਨੇ ਬੇਪਰਵਾਹ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਜੋ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ ਕਿਉਂਕਿ ਲਗਾਤਾਰ ਡੇਂਗੂ ਜਿਹੜਾ ਉਹ ਆਪਣੇ ਪੈਰ ਪਸਾਰ ਰਿਹਾ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ 543 ਕੇਸ ਜਿਹੜੇ ਨੇ ਉਹ ਡੇਂਗੂ ਦੇ ਰਿਪੋਰਟ ਹੋਏ ਨੇ ਗਨੀਮਤ ਇੱਕੋ ਇੱਕ ਕਹੀ ਜਾ ਸਕਦੀ ਹੈ ਬਈ ਡੇਂਗੂ ਨਾਲ ਕਿਸੇ ਦੀ ਮੌਤ ਨਹੀਂ ਹੋਈ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਮਰੀਜ਼ ਨੇ ਉਹਨਾਂ ਨੂੰ ਕਿਸਾਂ ਦਾ ਇਲਾਜ ਜਿਹੜਾ ਮੁਹੱਈਆ ਹੋ ਰਿਹਾ ਅੱਜ 2 ਅਕਤੂਬਰ ਨੂੰ ਛੁੱਟੀ ਵੀ ਹੈ ਔਰ ਕਿੰਨਾ ਕੁ ਸਟਾਫ ਜਿਹੜਾ ਮਰੀਜ਼ਾਂ ਦੀ ਤਿਮਾਰਦਾਰੀ ਵਾਸਤੇ ਇੱਥੇ ਮੌਜੂਦ ਹੈ ਗੱਲਬਾਤ ਵੀ ਕਰ ਲੈਂਦੇ ਹਾਂ ਸਟਾਫ ਨਰਸ ਇੱਥੇ ਮੌਜੂਦ ਨੇ ਮੈਮ ਕੀ ਨਾਮ ਹੈ ਤੁਹਾਡਾ ਔਰ ਅੱਜ ਜਿਹੜੀ 2 ਅਕਤੂਬਰ ਦੀ ਛੁੱਟੀ ਹੈ ਉਹਦੇ ਕਰਕੇ ਕੋਈ ਸਟਾਫ ਨਜ਼ਰ ਨਹੀਂ ਆ ਰਿਹਾ ਸਰ ਅੱਜ 2 ਅਕਤੂਬਰ ਨੇ ਨਾ ਇਸ ਕਰਕੇ ਗਸਟਡ ਹੈ ਮੇਰਾ ਨਾਮ ਪ੍ਰਵੀਨ ਕੁਮਾਰੀ ਮੈਂ ਸਟਾਫ ਨਰਸ ਹਾਂ ਅਤੇ ਮੇਰੀ ਡਿਊਟੀ ਅੱਜ ਪ੍ਰਾਈਵੇਟ ਵਾਰਡ ਦੇ ਵਿੱਚ ਹੈਗੀ ਹੈ ਸਾਡੇ ਕੋਲ 30 ਪੇਸ਼ੈਂਟ ਡੇਂਗੂ ਦੇ ਹੈਗੇ ਆ ਇਸ ਵੇਲੇ ਤੁਸੀਂ ਸਮਝਦੇ ਹੋ ਵੀ ਤੁਸੀਂ ਇਕੱਲੇ ਹੋ ਅਤੇ 30 ਪੇਸ਼ੈਂਟ ਨੂੰ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਤਿਮਾਰਦਾਰੀ ਕਰ ਸਕਦੇ ਹੋ ਸਰ ਕੋਸ਼ਿਸ਼ ਤਾਂ ਇਹੀ ਹੈ ਕਿ ਜਦੋਂ ਦੇ ਆਪਾਂ ਆਏ ਹਾਂ ਠੀਕ ਹੈ ਅਸੀਂ ਉਹਨਾਂ ਦਾ ਟ੍ਰੀਟਮੈਂਟ ਹੀ ਕਰ ਰਹੇ ਹਾਂ ਕਿਸ ਤੁਸੀਂ ਇਹਨਾਂ ਵਿੱਚ ਗੱਲ ਕੀਤੀ ਜਾਵੇ ਤਾਂ ਕਿੰਨੇ ਤੁਹਾਡੇ ਨਾਲ ਹੋਰ ਸਟਾਫ ਜਿਹੜਾ ਤੈਨਾਤ ਹੁੰਦਾ ਨਹੀਂ ਸਰ ਵੈਸੇ ਸਟਾਫ ਦੀ ਸ਼ਾਰਟੇਜ ਕਰਕੇ ਨਾ ਸਟਾਫ ਘੱਟ ਹੀ ਹੁੰਦਾ ਅੱਜ ਕੱਲ੍ਹ ਹਾਂਜੀ ਦਿੱਕਤ ਨਹੀਂ ਆਉਂਦੀ ਮਰੀਜ਼ਾਂ ਨੂੰ ਇਲਾਜ ਕਰਨ ਸਰ ਆਉਂਦੀ ਹੈ ਤੁਸੀਂ ਆਪਣੇ ਸੀਨੀਅਰਸ ਨੂੰ ਇਸ ਬਾਰੇ ਜਾਣੂ ਕਰਾਇਆ ਸਰ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਫਿਰ ਕੀ ਕਹਿੰਦੇ ਨੇ ਉਹ ਸਰ ਅੱਜ ਛੁੱਟੀ ਹੈ ਨਾ ਹੁਣ ਸਾਰ ਛੁੱਟੀ ਹੋ ਗਈ ਠੀਕ ਹੈ ਆਮ ਦਿਨਾਂ ਦੀ ਗੱਲ ਕਰੀਏ ਤੇ 30 ਪੇਸ਼ੈਂਟ ਤੁਸੀਂ ਕਹਿ ਰਹੇ ਇੱਥੇ ਕਿੰਨਾ ਸਟਾਫ ਹੁੰਦਾ ਨਾਲ ਕੱਲ 2 ਹੁੰਦੇ ਆ ਜਿਹੜੇ ਵਰਕਿੰਗ ਡੇ ਹਾਂਜੀ 2 ਸਟਾਫ ਨਰਸਾਂ ਜਿਹੜੇ 30 ਬੰਦਿਆਂ ਨੂੰ ਇਲਾਜ ਕਰ ਸਕਦੇ ਸਫੀਸ਼ੀਐਂਟ ਹੈ ਸਰ ਠੀਕ ਹੈ ਤੁਹਾਡੀ ਬੋਡੀ ਲੈਂਗੁਏਜ ਕਹਿ ਰਹੀ ਵੀ ਨਹੀਂ ਠੀਕ ਹੈ ਕਰਵਾ ਸਕਦੇ ਬਸ ਕਰੋ ਪਲੀਜ਼ ਬਿਲਕੁਲ ਜੀ ਇਹ ਨਾਲ ਸਟਾਫ ਨਰਸ ਨੇ ਅੱਜ ਇਕੱਲੇ ਡਿਊਟੀ ਤੇ ਤੈਨਾਤ ਨੇ 30 ਮਰੀਜ਼ਾਂ ਦੀ ਤਿਮਾਰਦਾਰੀ ਕਰਨਾ ਇੱਕ ਬੰਦੇ ਵਾਸਤੇ ਬਹੁਤ ਹੀ ਮੁਸ਼ਕਲ ਦਾ ਕੰਮ ਹੈ ਔਰ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਅਧਿਕਾਰੀ ਬੇਪਰਵਾਹ ਨੇ ਜੇਕਰ ਅਧਿਕਾਰੀ ਬੇਪਰਵਾਹ ਨਾ ਹੁੰਦੇ ਤਾਂ ਸ਼ਾਇਦ ਇੰਨਾ ਜਿਹੜਾ ਡੇਂਗੂ ਅੰਮ੍ਰਿਤਸਰ ਵਿੱਚ ਨਾ ਪਣਪਦਾ ਤਾਂ ਗੱਲਬਾਤ ਵੀ ਕਰ ਲੈਂਦੇ ਹਾਂ ਮਰੀਜ਼ਾਂ ਨਾਲ ਜਿਹੜੇ ਮਰੀਜ਼ ਇੱਥੇ ਦਾਖਲ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਂਦੇ ਹਾਂ ਵੀ ਉਹਨਾਂ ਨੂੰ ਇੱਥੇ ਕਿਸਾਂ ਦਾ ਇਲਾਜ ਜਿਹੜਾ ਉਹ ਮੁਹੱਈਆ ਹੈ ਬਹਿ ਜਾਓਗੇ ਹਾਂਜੀ ਕੀ ਨਾਮ ਹੈ ਜੇ ਔਰ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਦਾਖਲ ਹਾਂਜੀ ਅਸ਼ੋਕ ਕੁਮਾਰ ਅਤੇ ਆਪਾਂ ਨੂੰ 5 ਦਿਨ ਹੋ ਗਏ ਇੱਥੇ ਦਾਖਲ ਹੋਇਆ ਅਸ਼ੋਕ ਜੀ ਕੀ ਦਿੱਕਤ ਕੀ ਆਈ ਸੀ ਤੁਹਾਨੂੰ ਦਿੱਕਤ ਇੱਕਦਮ ਹੀ ਟੈਂਪਰੇਚਰ ਜਿਹਾ ਹੋ ਗਿਆ ਅਤੇ ਸਰੀਰ ਟੁੱਟਣ ਭੱਜਣ ਲੱਗ ਪਿਆ ਉਹਦੇ ਕਰਕੇ ਫਿਰ ਡਾਕਟਰ ਨੂੰ ਦਿਖਾਇਆ ਪਹਿਲਾਂ ਪ੍ਰਾਈਵੇਟ ਨੂੰ ਵੀ
फिर उस तो बाद एडमिट ट्यूजडे इतने हो गए सी। प्लेटलेट्स अमूमन चैक होंगे ने प्लेटलेट्स जो घट जाते हैं चैक करवाए थे? हाँ जी करवाए ही। पहला डेंगू की आई सी ज़्यादा प्रॉब्लम, उस बाद प्लेटलेट्स पहला जो इतने आए 1,52,000 से फिर कराए तो फिर 71,000 हो गए। फिर परसों करवाया से 12,000 रह गए से कल 18,000। हाँ जी महसूस कर रहे हो इलाज ठीक हो रहा? अमूमन सरकारी हॉस्पिटल लोग घट ही आते, इलाज सही नहीं होंगे, प्राइवेट वाल ज़्यादा जाते हैं, तुम सरकारी आए हो? नहीं इलाज तो ठीक हो रहा, इलाज की तो कोई कमी नहीं है इधरों, लेकिन इन्हों के अपना स्टाफ का जरा तरीका वह प्रोपर तरीके नहीं प्रोपर वे ना मतलब पहुँच नहीं रहे ना अपने। छुट्टी है कहते 2 अक्टूबर है गांधी जयंती है, क्या आज कोई तुम चैक करने वास्ते स्टाफ आया? एक इस स्टाफ नर्स होर सू कोई नजर? बस उही जी मूमन इतों तक कि सवेर की पेन हो रही है हैट्रिक 9 बजे की गल की हुई है, मेरा ख्याल है 1 बज गया होना शायद इस वक्त, तो हजे तक वो कोई मेडिसन दी नहीं गई, वो सिर फटदा फटदा भावें अपने आप ठीक हो जाए पर इन्होंने कोई दी नहीं गई इलाज नहीं पूरा। इलाज जरा नहीं मुहैया यदा कारण हो सकता स्टाफ घट आ, एक नर्स या डॉक्टर जो भी लेडीज है वह किन्नी जगह भजेगी, वह भी कोई कसूर नहीं आ, पर जोड़ा पेशेंट है उन्होंने भी पूरा संजोग चाहिए हूँ, सरकार उन्होंने हेल्प करके डबल करे स्टाफ तो ज कुछ साढ़े बारे सोचे। बिल्कुल जी भावें अज सरकारी छुट्टी है पर जो हालात ने डेंगू के डेंगू का कहर लगातार बढ़ रहा है तो उसनों मद्देनजर रखते हुए स्टाफ जरा वधाना चाहिए। मैडम की कहना चाहोगे किनू दिक्कत है? बेटा तुहाडा? हाँ जी बेटा है जी। की होया? इंदे भी सैल कट हुए जी, सैल तो तक लिया 3 दिन होए जी, 3 दिन होए जी। अगो तबीयत ठीक हो रही है? हाँ जी हो रही है। इलाज किसा दा मिल रहा है? ठीक है इलाज का। आंदे ने डॉक्टर चेक करने वास्ते? हाँ जी आंदे। आज कोई आया? हाँ जी सवेरे आए सी, ग्लूकोज लगा के चले गए, फिर खत्म होया तो उतारना चाहिए। जिन्होंने तुम्हें लोड़ पैंदी है इत्थे आउंदे हो? हाँ जी आ जांदे जी, आ जांदे। तां कुछ मरीज जिहड़े ने सैटिस्फाई भी नज़र आ रहे हैं। बेटा की नाम है? सोनू। सोनू कितों तों दाखल होते? मैं परसों रात दा आया। की दिक्कत आई सी? पेट च दर्द बहुत ज़्यादा आउंदी सी, तो फिर ग्लूकोज वगैरह लगाया इन्होंने, दवाई वगैरह दी है, दर्द कल दी फिर हैगी, कल सदा दर्द होंदी सी। दिक्कत की आई है? डेंगू आया की आया? डेंगू वगैरह आया था, तो दवाई वगैरह दिंदे दे, टीका वगैरह लगाए जाते हैं, ग्लूकोज लगाए जाते हैं। कोई दिक्कत नहीं आ रही जिम्मे प्राइवेट हॉस्पिटल में लोग जाते हैं भी इलाज वधिया हो जाता है, इतने तुम आए हो इलाज सही हो रहा? इलाज ठीक है, बाकी अनुवाद थोड़ा दर्द है पेट से, फिर भी चेक करना दसिया नहीं, बाकी आप जाना पैंता कह डॉक्टर ने कि ड्रिप लगा दो या तार दो, पर चेक कर नहीं आते है कि मरीज न आप असं देखिए कि कंडीशन है, मरीज कंडीशन जान की थले ना आवे किस तरह लैके जाइए, कल नहीं दर्द ना तड़फते फिर मेडिसिन दे देंगे, कहते लो जी लो जी बस होर नहीं, डॉक्टर उपर नहीं चेक करना आते कि आप जे डॉक्टर खुद। हाँ जी हाँ जी पर आप नहीं ना कह सकते उन्होंने मर्जी है। सफाई ठीक है जी, सफाई ठीक है भाई, बस डॉक्टर ने उपर चेक कर नहीं आते, जो भी गए नर्स है उ करन जो करन कि डॉक्टर नहीं करवाने तो लाना चाहिए सवेरे या शाम को, कई हॉस्पिटल जाने आप डॉक्टर चेक कर कहते मरीज का करन आते हैं चेक भी तू दिक्कत है की तकलीफ उस जो इलाज कर चलता बच्चे का फिर अच्छे पहली बार आए विश्वास से कि बच्चा साढ़ा ठीक हो जाए, थोड़ी थोड़ी कंडीशन थोड़ी ठीक होने आई हूँ चलो ठीक हो जाए पाही। बिल्कुल जी विश्वास जरा वो डॉक्टर ही कायम करना पैना मरीजों का, क्योंकि मरीज बहुत घट होंगे ने या थोड़े गरीब होंगे ने जोड़े कि सरकारी हॉस्पिटल वाल जाते हैं क्योंकि उन्होंने मजबूरी होंगी है, पर अजिहे हालात में जोड़े डॉक्टर्स ने उन्होंने मरीजों का आत्मविश्वास जरा वधाने की लड़ है, क्योंकि अमूमन जोड़े लोग होंगे ने वो प्राइवेट हॉस्पिटल में इलाज कराने वाल ही ज़्यादा तरजीह देंगे ने, क्योंकि उत्थे ज़्यादा बेहतर जी सहूलत होंगे ने और वधिया और बेहतर केयर भी हो जाती है, तो इतने कुछ मरीज दाखिल ने उन्होंने वालों यही आख्या जा रहा भी डॉक्टर की कमी है, स्टाफ की कमी है और डॉक्टर जोड़े खुद चैक कर नहीं आते, स्टाफ नर्स ही जी चैक करती है, और जेकर डॉक्टर ने इस तरह ही लापरवाही दिखाई तो आम समय अंदर डेंगू के केस जोड़े ने होर वधन का खदशा जोड़ा वो हो सकता है, इसलिए जोड़े भी सीनियर डॉक्टर्स ने जी उन्होंने जिम्मेवारी बनती है वो जिम्मेवारी उन्होंने निभानी चाहिए है, जोड़े भी मरीज इतने दाखिल ने उन्होंने सही तो वधिया तरीके केयर जी करनी चाहिए है, तो जो जो डेंगू का प्रकोप लगातार अपने पैर पसार रहा है वो डेंगू का प्रकोप हूँ अगले आने वाले दिनों में घट सके। कैमरा परसन मुकेश बावाना सिकंदर पसरी झा दैनिक सवेरा टीवी अमृतसर।
अलीशा बेगम एक औरत का दुख एक औरत ही समझ सकती है। रूहानी ते काली शक्तियां दी मालकन दुनिया का सब तो चमत्कारी इल्म मेरे कोल है। मेरे कीते नु कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत ज नशा छुड़ाना बीमारी च दवा ना लगना वशीकरण एक सच्चाई है। वशीकरण करवाओ मन चाह प्यार पाओ। की तुहाडी किस्मत च लॉटरी दा योग है जां नहीं सच्चाई जानो। लॉटरी नंबर पाओ भावे 649 होवे जां लोटो मैक्स 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी। कहने तो बाहर है तुरंत संपर्क करो तुहाडी हर गल गुप्त रखी जाएगी। अलीशा बेगम वर्ल्ड फेमस बाबा सलीम खान 21 बार गोल्ड मेडलिस्ट सारियां थावां तो निराश अते मायूस होने वाले एक बार फोन जरूर करो जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी। अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनपन जा दुटोना मनमोहनी वशीकरण करवाओ जा तोड़वाओ रुसे नू मनाओ। हुणे कॉल करो बाबा सलीम खान 98199 37467।